ਯੂ ਐਸ ਦੀ ਅਗਰ ਪਾਰਟਿਕੂਲਰ ਗੱਲ ਕਰੀਏ ਤਾਂ ਯੂ ਐਸ ਦਾ ਨਾ ਦੂਸਰੀ ਕੰਟਰੀ ਵਾਂਗੂ ਸਿਸਟਮ ਨਹੀਂ ਹੈ ਕਿ ਇਹ ਸਾਨੂੰ ਕ੍ਰੀਮ ਸਟੂਡੈਂਟਸ ਹੀ ਚਾਹੀਦੇ ਆ ਸਾਨੂੰ ਸੈਵਨ ਬੈਂਡ ਵਾਲੇ ਚਾਹੀਦੇ ਆ ਸਾਨੂੰ ਛੇ ਬੈਂਡ ਵਾਲੇ ਚਾਹੀਦੇ ਆ ਨਹੀਂ ਯੂ ਐਸ ਕਹਿੰਦਾ ਕੋਈ ਗੱਲ ਨਹੀਂ ਤੁਸੀਂ ਯਕੀਨ ਨਹੀਂ ਕਰਨਾ ਜੋ ਬੱਚੇ ਦਾ ਗੈਪ ਪਲੱਸ ਟੂ ਕਰੀਏ ਦੋ ਸਾਲ ਬਾਅਦ ਨਹੀਂ ਤਿੰਨ ਸਾਲ ਬਾਅਦ ਉਹਨੇ ਫਿਰ ਦੁਬਾਰਾ ਗ੍ਰੈਜੂਏਸ਼ਨ ਸਟਾਰਟ ਕਰ ਲਈ ਜਾਂ ਗ੍ਰੈਜੂਏਸ਼ਨ ਤੋਂ ਬਾਅਦ ਦੋ ਸਾਲ ਤਿੰਨ ਸਾਲ ਚਾਰ ਸਾਲ ਦਾ ਗੈਪ ਪੈ ਗਿਆ ਜਾਂ ਮਾਸਟਰ ਕਰ ਲਈ ਤਾਂ ਇੱਕ ਗੱਲ ਹੋਰ ਹੈ ਮਾਸਟਰ ਕਰਨ ਵਾਲੇ ਸਟੂਡੈਂਟ ਕੋਲੇ ਆਪਸ਼ਨ ਬੜੀ ਘੱਟ ਹੁੰਦੀ ਦੁਬਾਰਾ ਮਾਸਟਰ ਕਰਨ ਵਾਸਤੇ ਇੱਥੇ ਆਇਆ ਹਾਂ ਜੀ ਕੁਛ ਦੇਖੋ ਇੰਟਰਵਿਊ ਦਾ ਅੱਜ ਵੀ ਹੋਈ ਹੈ ਬਰ ਫਰਕ ਇਹ ਹੈ ਕਿ ਸਿਰਫ ਸਰਕਾਰ ਦੇ ਨਜ਼ਰੀਏ ਬਦਲ ਗਿਆ ਸਰਕਾਰ ਨੇ ਹੁਣ ਥੋੜਾ ਸੋਚ ਲੈ ਗਿਆ ਸੀ ਇੰਡੀਅਨਸ ਨੂੰ ਵੀਜ਼ਾ ਦੇਣਾ ਤਾਂ ਇੰਟਰਵਿਊ ਉਹਨਾਂ ਨੇ ਜਿਹੜੀ ਬਹੁਤ ਤਕਸ ਕੀਤੀ ਹੋਈ ਸੀ ਉਹ ਬੜੀ ਸ਼ਾਰਟ ਕਰਦੀ ਹੈ ਈਜ਼ੀ ਕਰਦੀ ਹੈ 2 4 5 ਕੁਐਸਚਨਸ ਨੇ 1 1/2 2 ਮਿੰਟ ਦੇ ਵਿੱਚ ਇੰਟਰਵਿਊ ਕਰ ਲਿਆ ਸਸ ਮੰਦਿਰ ਜੀ ਇੱਕ ਇੱਕ ਗੱਲ ਹੈ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਵੀ ਉਹ 33% ਵਾਲਾ 40% ਵਾਲੋ ਵੀ ਜਾ ਸਕਦਾ ਆ ਇਹ ਸਕਿੱਲ ਨੂੰ ਲੈ ਕੇ ਕੋਈ ਚੱਕਰ ਆ ਸਕਿੱਲ ਵਾਲੇ ਸਟੂਡੈਂਟ ਜਿਆਦਾ ਭਾਲਦੇ ਨੇ ਜਿਸ ਵੀ ਉਹ ਸਟੂਡੈਂਟ ਨੂੰ ਪੜਾਉਣਾ ਚਾਹੁੰਦੇ ਯੂ ਐਸ ਆ ਜੋ ਕਿ ਦੂਜੀਆਂ ਕੰਟਰੀਆਂ ਨਹੀਂ ਸੋਚਦੀਆਂ ਦੂਜੀਆਂ ਕੰਟਰੀਆਂ ਸੋਚਦੀਆਂ ਠੀਕ ਹੈ ਪੈਸੇ ਕਿੰਨੇ ਲੈ ਕੇ ਆ ਰਿਹਾ ਯੂ ਐਸ ਇਹ ਸੋਚ ਰਿਹਾ ਪੈਸੇ ਵੀ ਲੈ ਕੇ ਆ ਰਿਹਾ ਔਰ ਪੜ੍ਹ ਵੀ ਰਿਹਾ ਸਟੱਡੀ ਦੇ ਨਾਲ ਕੁਈ ਜੀ ਹਾਂ ਸਹੀ ਲੀਗਲ ਰਾਹ ਲੀਗਲ ਮੈਂ ਪੁੱਛ ਰਿਹਾ ਲੀਗਲ ਤਾਂ ਚਲੋ ਲੱਭਣਾ ਲੱਭੀ ਬੈਠੇ ਆ ਲੀਗਲ ਰਾਹ ਕੀ ਹੈ ਕਿ ਕੰਮ ਕੀਤਾ ਜਾ ਸਕੇ ਯੂ ਐਸ ਦੇ ਵਿੱਚ ਖਾਸ ਕਰਕੇ ਤੁਮ ਮੇਰੇ ਕੋਲ ਯੂਨੀਵਰਸਿਟੀਜ਼ ਨੇ 50% ਤੱਕ ਸਕਾਲਰਸ਼ਿਪ ਦਿੰਦੇ ਆ ਆਮ ਰੀਅਲੀ 50% ਤੱਕ ਦੀ ਸਕਾਲਰਸ਼ਿਪ ਔਰ 15 ਤੋਂ 20000 ਡਾਲਰ ਫੀਸ ਹੈ ਉਹਦੇ ਚੋਂ 50% ਤੁਹਾਨੂੰ ਸਕਾਲਰਸ਼ਿਪ ਮਿਲ ਜੀ ਤਾਂ ਪਿੱਛੇ ਫੀਸ ਕਿੰਨੀ ਰਹੇਗੀ ਆਪਣੇ ਪੰਜਾਬੀ ਸਟੂਡੈਂਟਸ ਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਹੈ ਉਹਨਾਂ ਯੂ ਐਸ এ ਦੀ ਐਂਟਰੀ ਕਰ ਗਿਆ ਪਸਤੀ ਕੇ ਮਰਾ ਦਾ ਸਰ ਗਿਆ ਮੇਰੀ ਭੂਆ ਬੈਠੀ ਆ ਉਥੇ ਮੇਰਾ ਚਾਚਾ ਬੈਠਾ ਉਹਨਾਂ ਨੂੰ ਸਾਥ ਲੈਣਾ ਉਹਨੂੰ ਪੱਕਾ ਕਰਾ ਦੇਣਾ ਨਹੀਂ ਬਿਲਕੁਲ ਆਪਣੇ ਪੈਰਾਂ ਤੇ ਖੜੇ ਹੋ ਜਦੋਂ I20 ਆ ਗਈ ਸਰਵਿਸਿਸ ਪੇ ਕਰਨੀਆਂ ਐ ਐਂਬੈਸੀ ਫੀਸ ਪੇ ਕਰਨੀਆਂ ਅਪਾਇੰਟਮੈਂਟ ਬੁੱਕ ਕਰਨੀਆਂ ਇਹ ਟੋਟਲ ਮੇਰੇ ਅਕੋਰਡਿੰਗ ਡੇਢ ਮਹੀਨੇ ਦਾ ਪ੍ਰੋਸੈਸ ਐ ਫਿਰ ਬੱਚੇ ਤੇ ਡਿਪੈਂਡ ਕਰਦਾ ਕਿ ਇਹ ਇੰਟਰਵਿਊ ਲਈ ਪ੍ਰਪੇਅਰ ਹੈ ਕਿ ਨਹੀਂ ਹੈ ਤੁਸੀਂ ਫਾਈਲ ਨੂੰ ਜਿੰਨਾ ਮਰਜ਼ੀ ਵਧੀਆ ਤੋਂ ਵਧੀਆ ਟਾਇਰ ਲਾ ਲਓ ਉਹਨੇ ਫਾਈਲ ਨੇ ਨਹੀਂ ਚੱਲਣਾ ਚੱਲਣਾ ਥੋੜੀ ਇੰਟਰਵਿਊ ਤੇ ਅਸੀਂ ਆਪਣੇ ਸਟੂਡੈਂਟਸ ਨੂੰ ਜਿਸ ਦਿਨ ਇਨਰੋਲ ਕਰਦੇ ਆ ਬੱਚਾ ਸਾਡੇ ਕੋਲ ਆ ਜਾਂਦਾ ਇਨਰੋਲਮੈਂਟ ਹੋ ਜਾਂਦੀ ਹੈ ਤਾਂ ਅਸੀਂ ਬੱਚੇ ਨੂੰ ਸਿੰਪਲ ਕਹਿੰਦੇ ਆ ਕਿ ਅੱਜ ਤੋਂ ਹੀ ਸਪੀਕਿੰਗ ਇੰਗਲਿਸ਼ ਦੀਆਂ ਕਲਾਸਾਂ ਲਗਾ ਲੈ ਉਹਦੇ ਵਿੱਚ ਅਸੀਂ ਬੱਚੇ ਨੂੰ ਇੰਨਾ ਕੁ ਪ੍ਰੇਪੇਅਰ ਕਰ ਦਿੰਦੇ ਆ ਕਿ ਵੀਜ਼ਾ ਆਫੀਸਰ ਜਿੰਨੀ ਦੇਰ ਤੱਕ ਕਹਿੰਦਾ ਓਕੇ ਸਟਾਪ ਨੈਕਸਟ ਕੁਐਸਚਨ ਪੁੱਛਦਾ ਉਹਨੀ ਦੇਰ ਤੱਕ ਬੱਚਾ ਬੋਲਣਾ ਬੰਦ ਨਹੀਂ ਕਰਦਾ ਉਹ ਤੁਹਾਨੂੰ ਦੱਸਦਾ ਕਿ ਇੱਥੇ ਬੱਚਾ ਜਾ ਕੇ ਉੱਥੇ ਜਾ ਕੇ ਫੀਸ ਪੇ ਕਰ ਸਕਦਾ ਹੈ ਸਦੀ ਈਮੇਲ ਜਾਂ ਬੱਚੇ ਤੱਕ ਕੰਟੈਕਟ ਸੁੱਦਾ ਬੱਚੇ ਦਾ ਕੋਈ ਯੂਨੀਵਰਸਿਟੀ ਦਾ ਇਹ ਬੜੀ ਪਾਰਦਰਸ਼ਤਾ ਆ ਪਰ ਇਹਦੇ ਵਿੱਚ ਜਿਹੜੇ ਔਲੇ ਨੇ ਉਹ ਔਲੇ ਕੀ ਨੇ ਉਹ ਬੱਚਾ ਕਿਵੇਂ ਜਾਵੇ ਇਹਦੇ ਵਿੱਚ ਨਾ ਸਭ ਤੋਂ ਵੱਡਾ ਔਲਾ ਯੂਐਸਏ ਦੇ ਵਿੱਚ ਜੋ ਏਜੰਟਸ ਰੱਖ ਲੈਂਦੇ ਆ ਜੋ ਫੰਡਸ ਨੇ ਫੰਡਸ ਜਦੋਂ ਮਿਸਮੈਚ ਹੁੰਦੇ ਆ I20 ਵਾਲੇ ਐਕਸ ਹੈ ਤੇ ਇੰਟਰਵਿਊ ਵਾਲੇ ਵਾਈ ਹੈ ਵਾਈ ਉਹ ਉਹਨਾਂ ਦੀ ਨਿਗਾ ਚ ਆ ਗਿਆ ਤਾਂ ਬੱਚਾ ਐਮਬੈਸੀ ਤੋਂ ਘਰ ਨਹੀਂ ਆਉਂਦਾ ਤਿਹਾਰ ਦੇ ਜਾਂਦਾ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹਾਂ ਰੋਜ਼ਾਨਾ ਸਪੋਕਸਮੈਨ ਟੀਵੀ ਮਹਾ ਸੁਰਖਾਬ ਦੋਸਤੋ ਸਮੇਂ ਸਮੇਂ ਤੇ ਤੁਹਾਡੇ ਤੱਕ ਵਿਦੇਸ਼ ਜਾਣ ਨੂੰ ਲੈ ਕੇ ਸਹੀ ਜਾਣਕਾਰੀ ਪਹੁੰਚਾ ਰਹੇ ਆਂ ਤੇ ਇਸ ਦੇ ਲਈ ਸਾਡੇ ਨਾਲ ਹਮੇਸ਼ਾ ਮਾਹਿਰ ਜੁੜੇ ਰਹਿੰਦੇ ਨੇ ਇਸ ਵਕਤ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਪ੍ਰੋਵਾਈਡਰ ਇਮੀਗ੍ਰੇਸ਼ਨ ਤੋਂ ਮਨਦੀਪ ਸਿੰਘ ਆਲਖ ਬੈਠੇ ਨੇ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਲਖ ਸਾਹਿਬ ਜੇਕਰ ਅਸੀਂ ਇਸ ਵਕਤ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਖਾਸ ਤੌਰ ਤੇ ਯੂ ਐਸ ਦੀ ਗੱਲ ਕਰਦੇ ਆਂ ਤੁਸੀਂ ਯੂ ਐਸ ਵਿੱਚ ਕੰਮ ਕਰਦੇ ਹੋ ਲਗਾਤਾਰ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਪਰ ਸਰਕਾਰ ਬਦਲਦੀ ਹੈ ਤਾਂ ਸਿੱਧਾ ਸਦਾ ਜਿਹੜਾ ਨਾਤਾ ਸਰਕਾਰ ਦਾ ਹੁੰਦਾ ਇਮੀਗ੍ਰੇਸ਼ਨ ਨਾਲ ਹੁੰਦਾ ਇਮੀਗ੍ਰੇਸ਼ਨ ਤੇ ਬਹੁਤ ਫਰਕ ਪੈਂਦਾ ਸੋ ਕਿੰਨਾ ਕੁ ਫਰਕ ਹੈ ਕਿ ਇਮੀਗ੍ਰੇਸ਼ਨ ਦੇ ਜੇ ਸਰਕਾਰ ਬਦਲੀ ਹੈ ਕਿੰਨੇ ਕੁ ਰੂਲ ਬਦਲੇ ਨੇ ਕਿੰਨਾ ਕੁ ਔਖਾ ਆ ਬਾਈਡਨ ਸਰਕਾਰ ਆਉਣ ਤੋਂ ਬਾਅਦ ਇਮੀਗ੍ਰੇਸ਼ਨ ਦੇ ਵਿੱਚ ਖਾਸ ਕਰਕੇ ਇੰਡੀਅਨ ਸਟੂਡੈਂਟਸ ਨੂੰ ਲੈ ਕੇ ਇੱਕ ਬੜਾ ਵਧੀਆ ਬਦਲਾਅ ਦੇਖਣ ਨੂੰ ਮਿਲਿਆ ਜਿਹਦੇ ਜਿਹਦੇ ਵਿੱਚ ਇੰਡੀਅਨ ਸਟੂਡੈਂਟਸ ਨੂੰ ਲੈ ਕੇ ਇੰਟਰਵਿਊ ਦਾ ਜੋ ਫੋਬੀਆ ਬਣਿਆ ਹੋਇਆ ਸੀ ਉਹ ਅੱਜ ਨਹੀਂ ਹੈ ਥੋੜੀ ਜੀ ਇੰਟਰਵਿਊ ਦੇ ਨਾਲ ਬਹੁਤ ਅੱਛਾ ਸਕਸੈਸ ਰੇਟ ਮਿਲ ਰਿਹਾ ਹੈ ਲਾਸਟ ਕੁਝ ਤੁਸੀਂ ਸਮੇਂ ਤੋਂ ਦੇਖੋ ਤੇ ਨਿਊਜ਼ ਦੇ ਵਿੱਚ ਵੀ ਆਪਾਂ ਨੂੰ ਮਿਲ ਰਿਹਾ ਹੈ ਦੇਖਣ ਨੂੰ ਕਿ 50000 55000 ਅਰਾਊਂਡ ਕੋਈ ਬੱਚਿਆਂ ਨੂੰ ਰੀਸੈਂਟਲੀ ਉਹਨਾਂ ਨੇ ਸਟੂਡੈਂਟ ਵੀਜ਼ਾ ਗ੍ਰਾਂਟ ਕੀਤੇ ਜੀ ਜੋ ਕਿ ਪਹਿਲਾਂ ਇਹ ਨਹੀਂ ਸੀ ਅੱਛਾ ਕੀ ਮਤਲਬ ਸਮੀਕਰਨ ਕਿਸ ਤਰੀਕੇ ਨਾਲ ਬਦਲੇ ਜੇਕਰ ਅਸੀਂ ਬਾਈਡਨ ਸਰਕਾਰ ਦੀ ਗੱਲ ਕਰ ਲਈਏ ਹਾਲਾਂਕਿ ਇੱਕ ਏਜੰਡਾ ਇਹ ਸੱਟ ਕੀਤਾ ਜਾ ਰਿਹਾ ਸੀ ਹਾਲਾਂਕਿ ਹੁੰਦਾ ਵੀ ਹੈ ਇਮੀਗ੍ਰੇਸ਼ਨ ਦਾ ਸਿਆਸਤ ਦੇ ਨਾਲ ਸਿੱਧੇ-ਸਿੱਧੇ ਸਬੰਧ ਹੈ ਚਾਹੇ ਉਹ ਕੈਨੇਡਾ ਆ ਚਾਹੇ ਯੂ ਐਸ ਚਾਹੇ ਆਸਟ੍ਰੇਲੀਆ ਜੇ ਸਰਕਾਰ ਬਦਲਦੀ ਹੈ ਤਾਂ ਲੱਗਦਾ ਆ ਕਿ ਰਿਸ਼ਤਿਆਂ ਦੇ ਵਿੱਚ ਥੋੜਾ ਬਹੁਤ ਬਦਲਾਅ ਆਊਗਾ ਤੇ ਖਾਸ ਤੌਰ ਤੇ ਭਾਰਤ ਦਾ ਵੀ ਇਹੀ ਲੱਗ ਰਿਹਾ ਸੀਗਾ ਕਿ ਰਿਸ਼ਤਿਆਂ 'ਚ ਬਦਲਾਅ ਆਊਗਾ ਕੀ ਨਵੇਂ ਰੂਲ ਨੇ ਜਾਂ ਤੁਸੀਂ ਕਹਿ ਰਹੇ ਹੋ ਕਿਸ ਤਰੀਕੇ ਨਾਲ ਸੌਖਾ ਰਾਹ ਜਿਹੜਾ ਹੋ ਗਿਆ ਦੇਖੋ ਫਾਇਦਾ ਦੋਨੋਂ ਕੰਟਰੀਜ਼ ਦਾ ਹੈ ਚਾਹੇ ਉਹ ਇੰਡੀਆ ਦੇ ਨਾਲ ਕਿਸੇ ਵੀ ਕੰਟਰੀ ਨੂੰ ਲੈ ਕੇ ਆਸਟ੍ਰੇਲੀਆ ਕੈਨੇਡਾ ਯੂਕੇ ਯੂ ਐਸ ਦੀ ਗੱਲ ਕਰੀਏ ਬੈਨੀਫਿਟ ਦੋਨੋਂ ਕੰਟਰੀਜ਼ ਨੂੰ ਮਿਲਦਾ ਹੈ ਖਾਸ ਕਰਕੇ ਜੋ ਕੰਟਰੀਆਂ ਸਟੂਡੈਂਟਸ ਨੂੰ ਬੁਲਾਉਂਦੀਆਂ ਨੇ ਆਪਣੇ ਕੋਲੇ ਇਕਨੋਮੀ ਸਟਰੋਂਗ ਹੁੰਦੀ ਆ ਉਹਨਾਂ ਦੀ ਜੀ ਇੱਕ ਇੱਕ ਸਟੂਡੈਂਟ ਦਾ 15 15 20 20 ਲੱਖ ਰੁਪਿਆ ਉਹਨਾਂ ਦੀ ਕੰਟਰੀ ਦੇ ਵਿੱਚ ਜਾਣਾ ਹਮ ਇਕਨੋਮੀ ਸਟਰੋਂਗ ਹੋਣੀ ਹੋਣੀ ਹੈ ਸਟਰੋਂਗ ਬਿਲਕੁਕ ਤੇ ਹੁਣ ਤਾਂ ਯੂ ਐਸ ਪਾਰਲੀਮੈਂਟ ਦੇ ਵਿੱਚ ਤਾਂ ਇਸ ਗੱਲ ਨੂੰ ਲੈ ਕੇ ਬੜੀ ਦੇਰ ਤੋਂ ਮੁੱਦਾ ਉੱਠ ਰਿਹਾ ਸੀ ਯੂ ਐਸ ਦੀ ਇਕਨੋਮੀ ਜਿੱਦਾਂ ਡਾਊਨ ਜਾ ਰਹੀ ਹੈ ਤਾਂ ਇਹ ਤੁਸੀਂ ਇਤਿਹਾਸ ਗਵਾ ਜਿਹੜੀ ਵੀ ਕੰਟਰੀ ਨੇ ਯੂਐਸ ਚਾਹੇ ਉਹ ਯੂਕੇ ਚਾਹੇ ਉਹ ਕੈਨੇਡਾ ਤੇ ਚਾਹੇ ਆਸਟ੍ਰੇਲੀਆ ਜਦੋਂ ਜਦੋਂ ਸਟੂਡੈਂਟ ਵੀਜ਼ਾ ਉਹਨਾਂ ਨੇ ਗ੍ਰਾਂਟ ਕਰਨੇ ਸ਼ੁਰੂ ਕੀਤੇ ਐ ਬਲਕ ਦੇ ਵਿੱਚ ਗ੍ਰਾਂਟ ਕਰਨੇ ਸ਼ੁਰੂ ਕੀਤੇ ਐ ਤਾਂ ਤੁਸੀਂ ਦੇਖੋ ਉਹਨਾਂ ਦੀ ਇਕਨੋਮੀ ਕਿੰਨੀ ਸਟਰੋਂਗ ਹੋ ਰਹੀ ਹੈ ਬਿਲਕੁਲ ਇਸ ਕਰਕੇ ਹਰ ਕੰਟਰੀ ਨੂੰ ਬੈਨੀਫਿਟ ਮਿਲਦਾ ਤਾਂ ਹੁਣ ਯੂਐਸ ਵੀ ਇਹੀ ਕਹਿੰਦਾ ਕਿ ਉਹਨਾਂ ਅਸੀਂ ਇੰਡੀਅਨ ਸਟੂਡੈਂਟਸ ਨੂੰ ਪ੍ਰੈਫਰੈਂਸ ਦਈ ਹੈ ਔਰ ਯੂਐਸ ਦੀ ਅਗਰ ਪਰਟੀਕੂਲਰ ਗੱਲ ਕਰੀਏ ਤਾਂ ਯੂਐਸ ਦਾ ਨਾ ਦੂਸਰੀ ਕੰਟਰੀ ਵਾਂਗੂ ਸਿਸਟਮ ਨਹੀਂ ਹੈ ਕਿ ਇਹ ਸਾਨੂੰ ਕ੍ਰੀਮ ਸਟੂਡੈਂਟਸ ਹੀ ਚਾਹੀਦੇ ਆ ਸਾਨੂੰ 7 ਬੈਂਡ ਵਾਲੇ ਚਾਹੀਦੇ ਆ ਸਾਨੂੰ 6 ਬੈਂਡ ਵਾਲੇ ਚਾਹੀਦੇ ਆ ਨਹੀਂ ਯੂਐਸ ਕਹਿੰਦਾ ਕੋਈ ਗੱਲ ਨਹੀਂ ਪੂਰ ਸਟੂਡੈਂਟਸ ਆ ਕੋਈ ਗੱਲ ਨਹੀਂ ਮਤਲਬ ਉਹ 33% ਹੈ ਕੋਈ ਗੱਲ ਨਹੀਂ ਪਰ ਚਾਂਸ ਕੋਈ ਪੱਕੀ ਜਿਹੜਾ ਇਹ ਨਹੀਂ ਈਚ 6 ਜਾਂ ਈਚ 7 ਵਾਲਿਆਂ ਦਾ ਨਹੀਂ ਜ਼ਰੂਰੀ ਨਹੀਂ ਹੈਗਾ ਨਾਥਿੰਗ 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 ਤੁਸੀਂ ਦੇਖੋ ਯੂਐਸ ਕਿਹਨਾਂ ਨੂੰ ਵੀਜ਼ਾ ਗ੍ਰਾਂਟ ਕਰ ਰਿਹਾ ਅਸੀਂ ਨਾ ਸਾਡੀ ਸਾਰੀ ਟੀਮ ਨੇ ਇੱਕ ਆਪਣੇ ਆਪਣੇ ਲੈਵਲ ਤੇ ਰਿਸਰਚ ਸ਼ੁਰੂ ਕੀਤੀ ਅਸੀਂ ਲੋਕਾਂ ਤੋਂ ਸੁਣਿਆ ਕਿ ਯੂਐਸਟਾਰਟ ਹੋਊਗਾ ਅਸੀਂ ਨਿਊਜ਼ ਦੇ ਨਾਲ ਵੀ ਟੱਚ ਰਹੇ ਅਸੀਂ ਯੂਐਸ ਇਮੀਗ੍ਰੇਸ਼ਨ ਡਿਪਾਰਟਮੈਂਟ ਯੂਐਸ ਐਜੂਕੇਸ਼ਨ ਡਿਪਾਰਟਮੈਂਟ ਨਾਲ ਵੀ ਟੱਚ ਰਹੇ ਅਸੀਂ ਦੇਖਿਆ ਵੀ ਹੁਣ ਥੋੜਾ ਲੱਗ ਰਿਹਾ ਫਿਰ ਪਹਿਲਾਂ ਟ੍ਰਾਈ ਕਰੀਏ ਪੂਰ ਸਟੂਡੈਂਟਸ ਗੁੱਡ ਸਟੂਡੈਂਟਸ ਅੱਛੇ ਪ੍ਰੋਫਾਈਲ ਵੀਕ ਪ੍ਰੋਫਾਈਲ ਅਸੀਂ ਲੌਗ ਇਨ ਕਰਨੇ ਸ਼ੁਰੂ ਕੀਤੇ ਰਿਜ਼ਲਟ ਅੱਛਾ ਰਿਹਾ 50 60 70 ਪਰਸੈਂਟ ਤੱਕ ਦੀ ਸਕਸੈਸ ਰੇਟ ਸਾਨੂੰ ਮਿਲੀ ਦੈਨ ਫਿਰ ਅਸੀਂ ਆਫੀਸ਼ੀਅਲੀ ਪ੍ਰਮੋਟ ਕਰਤਾ ਹੂੰ ਅਸੀਂ ਹੁਣ ਯੂਐਸ ਦੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਸਟੂਡੈਂਟਸ ਪੇਰੈਂਟਸ ਆ ਕੇ ਸਾਨੂੰ ਬੜੀਆਂ ਪੁੱਛ ਰያ ਗੱਲਾਂ ਵੀ ਅਸੀਂ ਅਪਲਾਈ ਕਰ ਸਕਦੇ ਹਾਂ ਕਿੱਦਾਂ ਅਪਲਾਈ ਕਰ ਸਕਦੇ ਹਾਂ ਸਾਡਾ ਬੱਚਾ ਐਲੀਜੀਬਲ ਹੈ ਕਿ ਨਹੀਂ ਹੈ ਤੁਸੀਂ ਯਕੀਨ ਨਹੀਂ ਕਰਨਾ ਜੋ ਬੱਚੇ ਦਾ ਗੈਪ ਪਲੱਸ 2 ਕਰੀਆ 2 ਸਾਲ ਬਾਅਦ ਨਹੀਂ 3 ਸਾਲ ਬਾਅਦ ਉਹਨੇ ਫੇਰ ਦੁਬਾਰਾ ਗ੍ਰੈਜੂਏਸ਼ਨ ਸਟਾਰਟ ਕਰ ਲਈ ਜਾਂ ਗ੍ਰੈਜੂਏਸ਼ਨ ਤੋਂ ਬਾਅਦ 2 ਸਾਲ 3 ਸਾਲ 4 ਸਾਲ ਦਾ ਗੈਪ ਪੈ ਗਿਆ ਜਾਂ ਮਾਸਟਰ ਕਰ ਲਈ ਇੱਕ ਗੱਲ ਹੋਰ ਹੈ ਮਾਸਟਰ ਕਰਨ ਵਾਲੇ ਸਟੂਡੈਂਟ ਕੋਲੇ অপਸ਼ਨ ਬੜੀ ਘੱਟ ਹੁੰਦੀ ਹੈ ਦੁਬਾਰਾ ਮਾਸਟਰ ਕਰਨ ਵਾਸਤੇ ਇੱਥੇ ਆਇਆ ਜਾ ਕੁਛ ਨਹੀਂ ਹੈ ਅੱਛਾ ਹੂੰ ਇੱਥੇ ਆਇਆ ਜਾ ਕੁਛ ਨਹੀਂ ਹੈ ਇੱਥੇ ਤੁਸੀਂ ਪੀਸੀਵੀ ਬੱਚੇ ਦੀ ਫਾਈਲ ਲੌਗਇਨ ਕਰ ਸਕਦੇ ਮਤਲਬ ਇੱਥੇ ਤੁਹਾਨੂੰ ਰਾਹ ਖੁੱਲਾ ਆ ਇੱਥੇ ਤੁਹਾਡੇ ਲਈ ਮਾਪਦੰਡ ਥੋੜੇ ਨੇ ਇੱਥੇ ਸਿਰਫ ਦੇਖੋ ਇੱਕੋ ਹੀ ਗੱਲ ਹੈ ਅਗਰ ਬੱਚੇ ਚ ਕੌਨਫੀਡੈਂਸ ਹੈ ਜੀ ਕਿ ਮੈਂ ਇੰਗਲਿਸ਼ ਬੋਲ ਸਕਦਾ ਹੂੰ ਮੈਨੂੰ ਟ੍ਰੇਨਿੰਗ ਦੀ ਲੋੜ ਹੈ ਮੈਨੂੰ ਇੰਟਰਵਿਊ ਪ੍ਰੈਪਰੇਸ਼ਨ ਦੀ ਲੋੜ ਹੈ ਉਹਦੇ ਵਾਸਤੇ ਅਸੀਂ ਬੈਠੇ ਮਤਲਬ ਮੰਦੀ ਜੀ ਤੁਸੀਂ ਇਹ ਕਹਿ ਰਹੇ ਹੋ ਅਸੀਂ ਜੇਕਰ ਅਸੀਂ ਗੱਲ ਕਰੀਏ ਹਾਲਾਂਕਿ ਪਹਿਲਾਂ ਇੰਟਰਵਿਊ ਦੀ ਗੱਲ ਹੋਈ ਸੀ ਕਿ ਇੰਟਰਵਿਊ ਇੱਕ ਬਹੁਤ ਵੱਡਾ ਹੂਆ ਬਣ ਜਾਂਦਾ ਆ ਕਿ ਉਹ ਨਿਕਲਦੀ ਨਹੀਂ ਜਾਂ ਇੰਟਰਵਿਊ ਦੇ ਵਿੱਚ ਵਿੱਚ ਆ ਕੇ ਜਿਹੜਾ ਕਿ ਕੁੰਡੀ ਅੜਦੀ ਹੈ ਹੁਣ ਉਹ ਰਾ ਸੌਖਾ ਆ ਦੇਖੋ ਇੰਟਰਵਿਊ ਤਾਂ ਅੱਜ ਵੀ ਹੋਈ ਹੈ ਬਸ ਫਰਕ ਇਹਨਾਂ ਹੈ ਕਿ ਸਿਰਫ ਸਰਕਾਰ ਦੇ ਨਜ਼ਰੀਏ ਬਦਲ ਗਿਆ ਸਰਕਾਰ ਨੇ ਹੁਣ ਥੋੜਾ ਸੋਚ ਲੈ ਕੇ ਅਸੀਂ ਇੰਡੀਅਨਸ ਨੂੰ ਵੀਜ਼ਾ ਦੇਣਾ ਤਾਂ ਇੰਟਰਵਿਊ ਉਹਨਾਂ ਨੇ ਜਿਹੜੀ ਬਹੁਤ ਟਫ ਕੀਤੀ ਹੋਈ ਸੀ ਉਹ ਬੜੀ ਸ਼ਾਰਟ ਕਰਤੀ ਹੈ ਈਜ਼ੀ ਕਰਤੀ ਹੈ 2 4 5 ਕੁਐਸਚਨ ਨੇ 1.5 2 ਮਿੰਟ ਦੇ ਵਿੱਚ ਇੰਟਰਵਿਊ ਖਤਮ ਹੋ ਗਿਆ ਅੱਛਾ ਮਨਦੀਪ ਜੀ ਇੱਕ ਇੱਕ ਗੱਲ ਹੈ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਵੀ ਉਹ 33% ਵਾਲਾ 40% ਵਾਲਾ ਉਹ ਵੀ ਜਾ ਸਕਦਾ ਆ ਇਹ ਸਕਿੱਲ ਨੂੰ ਲੈ ਕੇ ਕੋਈ ਚੱਕਰ ਆ ਸਕਿੱਲ ਵਾਲੇ ਸਟੂਡੈਂਟ ਜਿਆਦਾ ਭਾਲਦੇ ਨੇ ਜਾਂ ਇਦਾਂ ਦੇ ਕੋਰਸੇ ਕੋਈ ਜਿਆਦਾ ਇਦਾਂ ਦੇ ਕੋਰਸੇ ਉੱਤੇ ਜਾ ਰਹੇ ਨੇ ਜਿੱਥੇ ਸਕਿੱਲ ਹੋਵੇ ਜਾਂ ਜਿਹਦੇ ਵਿੱਚ ਲੇਬਰ ਦਾ ਕੰਮ ਹੁੰਦਾ ਆ ਥੋੜਾ ਬਹੁਤ ਤਾਂ ਕਰਕੇ ਨਹੀਂ 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 ਇੱਥੇ ਕੋਈ ਰੈਲੇਵੈਂਸੀ ਦੀ ਪ੍ਰੋਬਲਮ ਨਹੀਂ ਆ ਹਮ ਇਨ ਰੈਲੇਵੈਂਸ ਚਾ ਜਾ ਸਕਦਾ ਅੱਜ ਮੈਂ ਬੈਚਲਰ ਕਰੀ ਆ ਬੀਏ ਕਰੀ ਹੈ ਮੈਂ ਮੈਂ ਹੁਣ ਮਾਸਟਰ ਕਰਨੀ ਹੈ ਉਹ ਜ਼ਰੂਰੀ ਹੈ ਕਿ ਬੀਏ ਮੇਰੀ ਹਿਊਮੈਨਿਟੀਜ਼ ਹੈ ਤਾਂ ਮੈਨੂੰ ਉਸੇ ਰਿਲੇਟਡ ਲੈਣ ਵਿੱਚ ਨਹੀਂ ਪਲੱਸ 2 ਕਰੀ ਹੈ ਆਰਟਸ ਦੇ ਵਿੱਚ ਕਰੀ ਹੈ ਮੈਨੂੰ ਜ਼ਰੂਰੀ ਹੈ ਕਿ ਉਹੀ ਲੈਣੇ ਉਹਦੇ ਰਿਲੇਟਡ ਹੀ ਲੈਣੇ ਰੈਲੇਵੈਂਸੀ ਦਾ ਪਹਿਲੀ ਗੱਲ ਤਾਂ ਚੈੱਕ ਕਰੀ ਨਹੀਂ ਇੱਥੇ ਚੈੱਕ ਕਰੀ ਨਹੀਂ ਹਾਂ ਇੱਥੇ ਕੋਈ ਇਦਾਂ ਦੀ ਉਹਨਾਂ ਦੀ ਨੀਡ ਨਹੀਂ ਹੈ ਬੇਸਿਕਲੀ ਉਹ ਸਟੂਡੈਂਟ ਨੂੰ ਪੜਾਉਣਾ ਚਾਹੁੰਦੇ ਯੂ ਐਸ ਏ ਵਾਲੇ ਹੂੰ ਜੋ ਕਿ ਦੂਜੀਆਂ ਕੰਟਰੀਆਂ ਨਹੀਂ ਸੋਚਦੀਆਂ ਦੂਜੀਆਂ ਕੰਟਰੀਆਂ ਸੋਚਦੀ ਹੈ ਠੀਕ ਹੈ ਪੈਸੇ ਕਿੰਨੇ ਲੈ ਕੇ ਆ ਰਿਹਾ ਯੂ ਐਸ ਏ ਸੋਚ ਰਿਹਾ ਪੈਸੇ ਵੀ ਲੈ ਕੇ ਆ ਰਹੇ ਆਂ ਔਰ ਪੜ੍ਹ ਵੀ ਰਹੇ ਆਂ ਉਹਨਾਂ ਨੇ ਇੰਟਰਵਿਊ ਦੇ ਵਿੱਚ ਸਿੰਪਲੀ ਤੁਹਾਨੂੰ ਇਹ ਜੱਜ ਕਰਨਾ ਹੈ ਕਿ ਤੁਸੀਂ ਸਿਰਫ ਯੂ ਐਸ ਦੀ ਐਂਟਰੀ ਤਾਂ ਨਹੀਂ ਲੈਣ ਆ ਰਹੇ ਐਕਚੁਅਲ ਤੁਸੀਂ ਪੜਨ ਜਾਓਂਗੇ ਪੜ੍ਹ ਵੀ ਪਾਓਂਗੇ ਵੀਜ਼ਾ ਆਫੀਸਰ ਨੇ ਆ ਦੋ ਚਾਰ ਗੱਲਾਂ ਪੁੱਛਣੀਆਂ ਨੇ ਤੁਸੀਂ ਕਿੱਥੇ ਆ ਰਹੇ ਹੋ ਮੈਂ ਯੂ ਐਸ ਜਾ ਰਹੇ ਆਂ ਤੁਸੀਂ 1K I20 ਕਿਉਂ ਲੈ ਕੇ ਜਾ ਰਹੇ ਹੋ ਤੁਸੀਂ ਇਸੇ ਸਟੇਟ ਚ ਕਿਉਂ ਜਾ ਰਹੇ ਹੋ 50 ਸਟੇਟਸ ਨੇ ਯੂ ਐਸ اے ਦੀਆਂ ਸਾਡੇ ਕੋਲੇ 50 ਸਟੇਟਸ ਦੇ ਵਿੱਚ ਬੱਚਾ ਜਿਹੜੀ ਸਟੇਟਸ ਦੇ ਵਿੱਚ ਗਏ ਅਸੀਂ ਉੱਥੇ ਐਡਮਿਸ਼ਨ ਕਰਵਾ ਸਕਦੇ ਆਂ ਕੀ ਹਾਂ ਨਾਰਮਲੀ ਕੀ ਹੁੰਦਾ ਕਿ ਬੱਚਾ ਕੋਲੇ ਆਪਸ਼ਨ ਜ਼ਿਆਦਾਤਰ ਏਜੰਟਸ ਕੀ ਕਰਦੇ ਆ ਸਾਡੇ ਕੋਲ ਦੋ ਆਪਸ਼ਨ ਆ ਚਾਰ ਆਪਸ਼ਨ ਆ ਯੂਐਸਐਮ ਲੈ ਕੇ ਆਪਸ਼ਨ ਬੜੀਆਂ ਘਟਣੇ ਲੋਕਾਂ ਦੇ ਨਹੀਂ ਏਜੰਟਸ ਤੁਸੀਂ ਇਹੋ ਗੱਲ ਕਰ ਰਹੇ ਹੋ ਮੋਸਟਲੀ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਬੱਚੇ ਦਾ ਕੋਰਸ ਹੁੰਦਾ ਹੈ ਜਾਂ ਬੱਚੇ ਦੀ ਜੋ ਲੋਕੇਸ਼ਨ ਹੈ ਉਹ ਵੀ ਏਜੰਟ ਹੀ ਕੰਸਲਟੈਂਟ ਹੀ ਜਿਹੜਾ ਕਿ ਤੈਅ ਕਰਦਾ ਹੈ ਜਿਆਦਾਤਰ ਹਾਂ ਜਿਆਦਾਤਰ 90% ਅਸੀਂ ਕਹਿ ਸਕਦੇ ਇਹ ਹੁੰਦਾ 10% ਸ਼ਾਇਦ ਉਹ ਹੁੰਦੇ ਹੋਣਗੇ ਜਾਂ 10% ਆਫ ਫਾਈਲਜ਼ ਉਹ ਹੁੰਦੀਆਂ ਹੋਣਗੀਆਂ ਜਿਹੜੀਆਂ ਏਜੰਟ ਤੇ ਹਾਵੀ ਹੋ ਜਾਂਦੀਆਂ ਹੋਣਗੀਆਂ ਸੋ ਯੂਐਸਏ ਦੇ ਵਿੱਚ ਕੀ ਹੈ ਇਹਦਾ ਯੂਐਸਏ ਦੇ ਵਿੱਚ ਐਦਾਂ ਦਾ ਕੁਝ ਨਹੀਂ ਹੈ ਸਾਨੂੰ ਸਟੂਡੈਂਟ ਆ ਕੇ ਕਹੇ ਅਸੀਂ ਇਸ ਸਟੇਟ 'ਚ ਜਾਣਾ ਹੈ ਸਾਡਾ ਮੇਰਾ ਬ੍ਰਦਰ ਉੱਥੇ ਆਇਆ ਮੇਰੀ ਭੂਆ ਉੱਥੇ ਆਇਆ ਮੇਰਾ ਚਾਚਾ ਉੱਥੇ ਆ ਅਸੀਂ ਕਹਿੰਨੇ ਮੋਸਟ ਵੈਲਕਮ ਠੀਕ ਹੈ ਤੁਹਾਨੂੰ ਇਸ ਸਟੇਟ ਦੀ I- ਦਾ ਪੰਗਾ ਹੀ ਨਹੀਂ ਰੱਖਿਆ ਸਾਡੀਆਂ ਯੂਨੀਵਰਸਿਟੀ ਨਾਲ ਅਸੀਂ ਕਿ ਇਹ ਗੱਲ ਗਈ ਹੈ ਕਿ ਅਸੀਂ ਤੁਹਾਡੇ ਕੋਲੇ ਸਟੂਡੈਂਟ ਦੀ ਐਪਲੀਕੇਸ਼ਨ ਲੌਗਇਨ ਕਰਾਂਗੇ ਜਦੋਂ ਲੌਗਇਨ ਕਰਾਂਗੇ ਅਸੀਂ ਸਿੱਧੀ I20 ਦੀ ਫਾਰਮੈਲਟੀ ਲੌਗਇਨ ਕਰਾਂਗੇ ਓਕੇ ਹਾਂ I20 ਦੀ ਲੌਗਇਨ ਕਰਾਂਗੇ ਸਾਨੂੰ ਡਾਇਰੈਕਟ I20 ਦੋ ਸਾਨੂੰ ਆਫਰ ਲੈਟਰ ਚਾਹੀਦੀ ਨਹੀਂ ਪਹਿਲਾ ਹੁੰਦਾ ਹੈ ਕਿ ਕੰਡੀਸ਼ਨਲ ਆਫਰ ਲੈਟਰ ਆਉਂਦੀ ਹੈ ਫਿਰ ਉਹ ਕੰਡੀਸ਼ਨਸ ਪੂਰੀਆਂ ਕਰਦਾ ਹੈ ਫਿਰ I20 ਦੀ ਫਾਰਮੈਲਟੀ ਪੂਰੀ ਕਰਦਾ ਅਸੀਂ ਉਹ ਮਹੀਨਾ ਜਿਹੜਾ ਮਹੀਨਾ ਦਾ ਪ੍ਰੋਸੈਸ ਹੀ ਖਤਮ ਕਰਤਾ ਬੱਚੇ ਦਾ ਪ੍ਰੋਸੈਸ ਸ਼ਾਰਟ ਕਰਤਾ ਤਾਂ ਇਸ ਚੀਜ਼ ਕਰਕੇ ਜੋ ਹੈ ਮਤਲਬ ਬੱਚੇ ਦਾ ਪ੍ਰੋਸੈਸ ਜੀਓ ਅੱਛਾ ਮਨਦੀਪ ਜੀ ਇਹਦੇ ਨਾਲ ਜਦੋਂ ਅਸੀਂ ਬਾਹਰ ਜਾਂਦੇ ਆ ਠੀਕ ਹੈ ਇੱਥੋਂ ਕੋਈ 15-20 ਲੱਖ ਲਾ ਕੇ ਬਾਹਰ ਜਾਂਦਾ ਹੈ ਆਫਟਰ ਆਲ ਉਹਨੇ ਪੈਸੇ ਦਾ ਪੂਰੇ ਕਰਨੇ ਆ ਉਹਨੇ ਕਮਾਉਣਾ ਵੀ ਆ ਸਟੱਡੀ ਦੇ ਨਾਲ ਕੋਈ ਅਜਿਹਾ ਸਹੀ ਲੀਗਲ ਰਾਹ ਲੀਗਲ ਮੈਂ ਪੁੱਛ ਰਿਹਾ ਇਲੀਗਲ ਤਾਂ ਚਲੋ ਲੱਭਣਾਂ ਲੰਬੀ ਬੈਠੇ ਆ ਲੀਗਲ ਰਾਹ ਕੀ ਹੈ ਕਿ ਕੰਮ ਕੀਤਾ ਜਾ ਸਕੇ ਯੂ ਐਸ ਦੇ ਵਿੱਚ ਖਾਸ ਕਰਕੇ ਦੇਖੋ ਤੁਸੀਂ ਬੱਚਾ ਸਟੂਡੈਂਟ ਬਾਹਰ ਜਾਂਦਾ ਹੈ ਪਹਿਲੀ ਗੱਲ ਤਾਂ ਯੂ ਐਸ ਦੇ ਵਿੱਚ 15-20 ਲੱਖ 30 ਲੱਖ ਲੱਗਦਾ ਨਹੀਂ ਜੀ ਲੋਕੀ ਜੋ ਮਰਜੀ ਕਹੀ ਜਾਂ। ਅੱਛਾ ਫਿਰ ਇਹ ਇਹ ਦੱਸਿਓ ਕਿੰਨਾ ਕਾ? ਕਿੰਨਾ ਦਾ? ਜੋ ਯੂਐਸ ਦੀ ਐਜੂਕੇਸ਼ਨ ਆ ਉਹ 3.5 ਲੱਖ ਰੁਪਏ ਤੋਂ ਸਟਾਰਟ ਹੋ ਜਾਂਦੀ ਹੈ। ਅੱਛਾ। ਹਾਂਜੀ। ਕਿਨੇ 1 ਸਾਲ ਦਾ ਕੋਰਸ ਵਿੱਚ 6 ਮਨთ ਦੀ ਫੀਸ। 6 ਮਨთ ਓਕੇ। ਕਿਉਂਕਿ ਯੂਐਸਏ ਦੇ ਵਿੱਚ ਜੋ ਮੇਰੇ ਕੋਲ ਯੂਨੀਵਰਸਿਟੀਆਂ ਨੇ ਉਹ 50% ਤੱਕ ਸਕਾਲਰਸ਼ਿਪ ਦਿੰਦੇ ਆ। ਹਮ। ਆਮ ਰੀਅਲੀ ਸਪੀਕ 50% ਤੱਕ ਦੀ ਸਕਾਲਰਸ਼ਿਪ। ਔਰ 15 ਤੋਂ 20000 ਡਾਲਰ ਫੀਸ ਹੈ ਉਹਦੇ ਚੋਂ 50% ਤੁਹਾਨੂੰ ਸਕਾਲਰਸ਼ਿਪ ਮਿਲ ਗਈ ਤਾਂ ਪਿੱਛੇ ਫੀਸ ਕਿੰਨੀ ਰਹਗੀ ਸਾਲ ਦੀ 10000 ਤੋਂ 12000 ਸਾਲ ਦੀ ਫੀਸ 6 ਲੱਖ 7 ਲੱਖ 8 ਲੱਖ ਇੰਨੀ ਰਹਗੀ ਤੇ 6 ਮਨთ ਦੀ ਪੇ ਕਰਨੀ ਹੈ ਉਹ ਵੀ ਪੇ ਵੀ ਕਦੋਂ ਕਰਨੀਆ ਜਦੋਂ ਵੀਜ਼ਾ ਲੱਗ ਗਿਆ ਹੂੰ ਵੀਜ਼ਾ ਲੱਗ ਗਿਆ ਈਵਨ ਕੀ ਵੀਜ਼ਾ ਲੱਗ ਗਿਆ ਉੱਥੇ ਜਾ ਕੇ ਵੀ ਕਰ ਸਕਦਾ ਇਹ ਵੀ ਆਪਸ਼ਨ ਹੈ ਚਾਹ ਉੱਥੇ ਜਾ ਕੇ ਹੋ ਸਕਦਾ ਇਹ ਵੀ ਇੱਥੇ ਕਰ ਸਕਦਾ ਫਿਰ ਜਿਹੜੀ ਸਟੱਡੀ ਉਹਨੂੰ ਮਿਲ ਗਈ ਜਿਹੜੀ ਸਟੱਡੀ ਕਰਨ ਜਾ ਰਿਹਾ ਉਹਨੂੰ ਰੈਗੂਲਰ ਕਰੇ ਆਪਣੇ ਪੰਜਾਬੀ ਸਟੂਡੈਂਟਸ ਦੇ ਵਿੱਚ ਜ਼ਿਆਦਾਤਰ ਇਹ ਹੁੰਦਾ ਮੈਂ ਯੂਐਸਏ ਦੀ ਐਂਟਰੀ ਕਰ ਗਿਆ ਬਸ ਠੀਕ ਹੈ ਮੇਰਾ ਤਾਂ ਸਰ ਗਿਆ ਮੇਰੀ ਭੂਆ ਬੈਠੀ ਆ ਉੱਥੇ ਮੇਰਾ ਚਾਚਾ ਬੈਠਾ ਉਹਨੇ ਮੈਨੂੰ ਸਾਥ ਲੈਣਾ ਉਹਨੂੰ ਪੱਕਾ ਕਰਾ ਦੇਣਾ ਨਹੀਂ ਆਪਣੇ ਪੈਰਾਂ ਤੇ ਖੜੇ ਹੋ ਠੀਕ ਹੈ ਮੈਂ ਉਹ ਦੇਖੋ ਪਹਿਲੀ ਗੱਲ ਤਾਂ ਇਹ ਕਹਿੰਨੇ ਕਿ ਤੁਸੀਂ ਜਾ ਰਹੇ ਹੋ ਪੜਨ ਜਾ ਰਹੇ ਹੋ ਆਪਣਾ ਫਿਊਚਰ ਬਣਾਓ ਆਪਣੇ ਦੇਸ਼ ਦਾ ਪੰਜਾਬ ਦਾ ਨਾਮ ਉੱਚਾ ਕਰੋ ਹੈ ਨਾ ਪਤਾ ਲੱਗੇ ਕਿ ਯਾਰ ਇੰਡੀਆਸ ਤੋਂ ਇੰਡੀਆ ਦੀ ਐਨੇ ਅੱਛੇ ਅੱਛੇ ਮਤਲਬ ਡੈਜ਼ਿਗਨੇਸ਼ਨਸ ਤੇ ਲੋਕ ਬੈਠੇ ਹੈ ਔਰ ਦੇਖੋ ਅੱਜ ਕਿੰਨੀ ਕਿੰਨੀ ਸੈਲਰੀ ਹੈ ਉਹਨਾਂ ਦੀ ਹਾਂ ਬਿਲਕੁਲ ਤਾਂ ਆਈਡਲ ਬਣਾਓ ਉਹਨਾਂ ਨੂੰ ਹਾਂ ਇਹ ਇਹ ਥੋੜਾ ਜਿਹਾ ਦਿਲ ਚ ਲੈ ਕੇ ਚਲਾਣਾ ਪਊਗਾ ਇੱਥੋਂ ਵੀ ਅਸੀਂ ਜਾਣਾ ਉੱਥੇ ਕੰਮ ਕਰਨਾ ਉੱਥੇ ਜਾ ਕੇ ਵਿਜ਼ਨ ਦੇਖਣਾ ਪਊਗਾ ਪਰ ਉਹ ਵਿਜ਼ਨ ਤੁਸੀਂ ਗੱਲ ਕਰ ਰਹੇ ਹੋ ਕਿ ਇੰਨਾ ਮਹਿੰਗਾ ਨਹੀਂ ਹੈਗਾ ਬਹੁਤ ਵਧੀਆ ਜਿਹੜੇ ਤੁਸੀਂ ਜਾਣ ਕਰ ਦਿੱਤੀ ਹੈ ਕਿ ਉੱਥੇ ਜਾ ਕੇ ਬੱਚਾ ਪੇ ਕਰ ਸਕਦਾ ਹੈ ਆਪਣੀ ਫੀਸ ਯਾਨੀ ਕਿ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਓਲਾ ਨਹੀਂ ਹੈਗਾ ਕੋਈ ਓਲਾ ਨਹੀਂ ਬੜਾ ਟਰਾਂਸਪੇਰੈਂਟ ਬੜਾ ਸ਼ਾਰਟ ਪ੍ਰੋਸੈਸ ਹੈ ਬੜਾ ਸ਼ਾਰਟ ਪ੍ਰੋਸੈਸ ਹੈ ਪ੍ਰੋਸੈਸ ਦੀ ਮੈਂ ਥੋੜੀ ਜੀ ਜੀ ਬਿਲਕੁਲ ਬਿਲਕੁਲ ਲੋਕੀ ਨੂੰ ਤੁਹਾਡੇ ذریعے ਪਤਾ ਲੱਗੇ ਲੋਕਾਂ ਨੂੰ ਯੂਐਸਏ ਦਾ ਬਣਾਇਆ ਹੋਇਆ ਪਤਾ ਨਹੀਂ ਬੜੀ ਕਿਰਨ ਮੈਂ ਕਰ ਪਾਉਂਗਾ ਕਿ ਨਹੀਂ ਪਾਉਂਗਾ ਬੜਾ ਸ਼ਾਰਟ ਪ੍ਰੋਸੈਸ ਤੁਸੀਂ ਦੋ ਐਲਓਆਰ ਲੈਣੀਆਂ ਨੇ ਆਫਰ ਲੈਟਰ ਦਿੱਤਾ ਅਸੀਂ ਕਰਨੀ ਨਹੀਂ ਅਪਲਾਈ ਆਈ 20 ਵਾਸਤੇ ਦੋ ਐਲਓਆਰ ਲੈਣੀਆਂ ਇੱਕ ਜਿੱਥੇ ਤੁਹਾਡੀ ਲਾਸਟ ਸਟੱਡੀ ਹੈ ਉੱਥੋਂ ਲੈਣੀਆਂ ਲੈਟਰ ਆਫ ਰਿਕਮੈਂਡੇਸ਼ਨ ਇੱਕ ਜਿੱਥੇ ਤੁਸੀਂ ਜੌਬ ਕਰ ਰਹੇ ਹੋ ਉਹ ਦੋ ਐਲ ਅਗਰ ਜੌਬ ਨਹੀਂ ਕਰ ਰਹੇ ਤੁਸੀਂ ਹੁਣੇ ਸਟੱਡੀ ਹੈ ਤਾਂ ਤੁਸੀਂ ਇੱਕੋ ਐਲ ਲੈਣੀਆਂ ਜੀ ਉਸ ਤੋਂ ਬਾਅਦ ਤੁਸੀਂ ਆਪਣੀ ਜੋ ਸਪான்ਸਰ ਤੁਹਾਡੇ ਮਦਰ ਫਾਦਰ ਦਾਦਾ ਦਾਦੀ ਨਾਨਾ ਨਾਨੀ ਕੋਈ ਵੀ ਹੈ ਉਹਨਾਂ ਤੋਂ ਤੁਸੀਂ ਐਗਰੀਮੈਂਟ ਲੈਣਾ ਸਪான்ਸਰਸ਼ਿਪ ਦਾ ਐਫੀਡੇਵਟ ਜਿਹਨੂੰ ਕਹਿੰਦੇ ਆ ਆਪਾਂ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਇਨਕਮ ਪ੍ਰੂਫ ਲੈਣੇ ਆ ਆਪਣੇ ਅਕੈਡੈਮਿਕ ਡਾਕੂਮੈਂਟਸ ਹਾਂ ਇੱਥੇ ਤੁਹਾਡੇ ਲਈ ਇੱਕ ਹੋਰ ਬੜੀ ਇਪੋਰਟੈਂਟ ਗੱਲ ਕਰ ਸਟੂਡੈਂਟ ਨੂੰ ਦੱਸਣਾ ਚਾਹੁੰਦਾ ਜਦੋਂ ਜ਼ਿਆਦਾਤਰ ਕੋਈ ਵੀ ਕੰਟਰੀ ਹੈ ਬੱਚਾ ਫਾਈਲ ਸਟੂਡੈਂਟ ਉਹਦੇ ਕੋਲ ਲਾਉਂਦਾ ਏਜੰਟ ਕੋਲੇ ਤਾਂ ਏਜੰਟ ਕੀ ਕਰਦਾ ਉਹਦੇ ਵਿੱਚ ਈਮੇਲ ਆਈਡੀ ਮੋਬਾਈਲ ਨੰਬਰ ਆਪਣਾ ਭਰ ਦਿੰਦਾ ओके ਜਾਨੀ ਕਿ ਸਿੱਧਾ ਸੰਪਰਕ ਬੱਚੇ ਤੱਕ ਹੁੰਦਾ ਹੀ ਨਹੀਂ ਬੱਚੇ ਤੱਕ ਹੁੰਦਾ ਹੀ ਨਹੀਂ ਉਹਨੂੰ ਪਤਾ ਹੀ ਨਹੀਂ ਲੱਗਦਾ ਮੇਰੀ ਫਾਈਲ ਚ ਚੱਲ ਕੀ ਰਿਹਾ ਚੱਲ ਕੀ ਰਿਹਾ ਬਿਲਕੁਲ ਉਹ ਆਪਣੇ ਲੈਵਲ ਤੇ ਹੀ ਮੈਨਿਪੂਲੇਸ਼ਨਸ ਕਰੀ ਜਾ ਰਿਹਾ ਉਹਨੂੰ ਇਧਰੋਂ ਘੱਟ ਕੇ ਉਧਰ ਪਾ ਲਿਆ ਉਧਰੋਂ ਘੱਟ ਕੇ ਇਧਰ ਪਾ ਲਿਆ ਉਹਨੂੰ ਸਟੂਡੈਂਟ ਜਿਹੜਾ ਐਪਲੀਕੇਸ਼ਨ ਫਾਰਮ ਫਿਲ ਕਰਨਾ ਹੈ ਉਹਦੇ ਵਿੱਚ ਕਹੋ ਵੀ ਆਹ ਮੇਰਾ ਮੋਬਾਈਲ ਨੰਬਰ ਆਹ ਮੇਰੀ ਈਮੇਲ ਆਈਡੀ ਆਹੀ ਪਾ ਯੂਨੀਵਰਸਿਟੀਆਂ ਵੀ ਇਹੀ ਕਹਿੰਦੀਆਂ ਨੇ ਕਿ ਇਹ ਮੋਬਾਈਲ ਨੰਬਰ ਔਰ ਈਮੇਲ ਆਈਡੀ ਸਟੂਡੈਂਟ ਦਾ ਹੀ ਹੋਣਾ ਚਾਹੀਦਾ ਬਟ ਏਜੰਟਸ ਇੱਥੇ ਝੂ ਕਿ 에ਜੰਟ ਜਾਨੀ ਕਿ ਇਥੇ ਉਹਲਾ ਰੱਖ ਜਾਂਦੇ ਨੇ ਉਹਲਾ ਰੱਖ ਜਾਂਦੇ ਆ ਉਹਦੇ ਵਿੱਚ ਸਟੂਡੈਂਟਸ ਨਾਲ ਬਲਫ ਹੋਣ ਦੇ ਬੜੇ ਚਾਂਸਸ ਆ ਜੀ ਹੈਨਾ ਇਥੇ ਇਸ ਪ੍ਰੋਸੈਸ ਚ ਨਹੀਂ ਨਹੀਂ ਅਸੀਂ ਇਹ ਕੰਮ ਕਰਦੇ ਨਹੀਂ ਅਸੀਂ ਸਟੂਡੈਂਟਸ ਨੂੰ ਕਹਿੰਦੇ ਜੋ ਕੰਮ ਹੈ ਟਰਾਂਸਪੇਰੈਂਸੀ ਨਾਲ ਹੈ ਸਿੱਧੀਆਂ ਕਾਲਸ ਸਟੂਡੈਂਟਸ ਨੂੰ ਜਾਂਦੀਆਂ ਯੂਨੀਵਰਸਿਟੀਆਂ ਸਿੱਧੀਆਂ ਈਮੇਲਸ ਸਟੂਡੈਂਟਸ ਨੂੰ ਆਉਂਦੀਆਂ ਨੇ ਠੀਕ ਹੈ ਜਿਆਦਾ ਤੋਂ ਜਿਆਦਾ ਸੀਸੀ ਚ ਅਸੀਂ ਆਪਣੇ ਆਪ ਨੂੰ ਰੱਖ ਲੈਨੇ ਆ ਜੀ ਜੀ ਤੇ ਬਸ ਇਸ ਤੋਂ ਬਾਅਦ ਸਿੱਧਾ I20 ਦੀ ਫੀਸ ਪੇ ਕਰਕੇ I20 ਅਪਲਾਈ ਕਰ ਦਿੰਗੇ ਕੋਈ ਯੂਨੀਵਰਸਿਟੀ 30 ਤੋਂ 35 ਦਿਨ ਲਾਉਂਦੀਆਂ ਨੇ 40 ਦਿਨ ਲਾਉਂਦੀਆਂ ਨੇ ਕੋਈ 10 15 ਦਿਨਾਂ ਉਹਦੇ I20 ਦੇ ਯਾਨੀ ਕਿ ਐਵਰੇਜ ਲਾਈਏ ਤਾਂ ਅੱਧੇ ਮਹੀਨੇ ਤੋਂ ਯਾਨੀ ਕਿ 15 ਦਿਨਾਂ ਤੋਂ ਡੇਢ ਮਹੀਨੇ ਦਾ ਪ੍ਰੋਸੈਸ ਆ ਸਾਰਾ ਟੋਟਲ ਡੇਢ ਮਹੀਨਾ ਹਾਂ ਟੋਟਲ ਡੇਢ ਮਹੀਨਾ ਟੋਟਲ ਡੇਢ ਮਹੀਨੇ ਦਾ ਪ੍ਰੋਸੈਸ ਹੈ ਜਿੱਤੇ ਵਿੱਚ ਅਸੀਂ ਫਾਈਲ ਲੌਗ ਇਨ ਕਰ ਸਕਦੇ ਹਾਂ ਜਦੋਂ I20 ਆ ਗਈ ਸਰਵਿਸ ਫੀਸ ਪੇ ਕਰਨੀ ਹੈ ਐਂਬੈਸੀ ਫੀਸ ਪੇ ਕਰਨੀ ਹੈ ਅਪਾਇੰਟਮੈਂਟ ਬੁੱਕ ਕਰਨੀ ਹੈ ਇਹ ਟੋਟਲ ਮੇਰੇ ਅਕੋਰਡਿੰਗ ਡੇਢ ਮਹੀਨੇ ਦਾ ਪ੍ਰੋਸੈਸ ਹੈ ਫਿਰ ਬੱਚੇ ਤੇ ਡਿਪੈਂਡ ਕਰਦਾ ਕਿ ਇਹ ਇੰਟਰਵਿਊ ਲਈ ਪ੍ਰਿਪੇਅਰ ਹੈ ਕਿ ਨਹੀਂ ਹੈ ਮਨਦੀਪ ਜੀ ਇੱਥੇ ਇੱਕ ਚੀਜ਼ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਬੱਚੇ ਦੇ ਡਿਪੈਂਡ ਕਰਦਾ ਹੈ ਜਾਂ ਪੂਰਾ ਡੇਢ ਕਿ ਮਹੀਨਾ ਇੱਕ ਪ੍ਰੋਸੈਸ ਆ ਲੌਗ ਇਨ ਕਰਨ ਦੇ ਲਈ ਪਰ ਜਦੋਂ ਅਸੀਂ ਹੋਰ ਨਾ ਦੇਸ਼ਾਂ ਦੀ ਗੱਲ ਕਰਦੇ ਹਾਂ ਹੋਰ ਨਾ ਕੰਟਰੀਜ਼ ਦੀ ਗੱਲ ਕਰਦੇ ਹਾਂ ਤਾਂ ਉਹਦੇ ਲਈ ਜਿਹੜੇ ਮਾਪਦੰਡ ਹਾਲਾਂਕਿ ਮਾਪਦੰਡ ਕੀ ਹੈ ਉਹ ਫਾਈਲ ਜਿਹੜੀ ਕਿ ਸਟਰੋਂਗ ਐਵੀਡੈਂਸ ਚਾਹੀਦੀ ਉਹ ਸਟਰੋਂਗ ਐਵੀਡੈਂਸ ਇੱਥੇ ਕੀ ਨੇ ਇੱਥੇ ਫਾਈਲ ਜਿਹੜੀ ਕਿ ਅਸੀਂ ਕਹਿੰਦੇ ਬਹੁਤ ਸੋਹਣੀ ਫਾਈਲ ਹੁੰਦੀ ਆ ਜਿਹੜੀ ਕਿ ਏਜੰਟ ਤੇ ਹਾ ਵੀ ਹੁੰਦੀ ਆ ਜਾਂ ਜਿਹਨੂੰ ਰਿਫਿਊਜ਼ਲ ਹੋ ਹੀ ਨਹੀਂ ਸਕਦਾ ਕਦੇ ਨਹੀਂ ਹੋ ਸਕਦਾ ਉਹ ਕੀ ਆ ਉਹ ਪ੍ਰੋਸੈ USA ਦੇ ਵਿੱਚ ਟੋਟਲੀ ਡਿਫਰੈਂਟ ਹੈ ਉਲਟਾ ਹੈ ਅੱਛਾ ਤੁਸੀਂ ਫਾਈਲ ਨੂੰ ਜਿੰਨਾ ਮਰਜੀ ਵਧੀਆ ਤੋਂ ਵਧੀਆ ਟਾਇਰ ਲਾ ਲਓ ਉਹਨੇ ਫਾਈਲ ਲੈਣੀ ਚੱਲਣਾ ਚੱਲਣਾ ਥੋਡੀ ਇੰਟਰਵਿਊ ਨੇ ਓਕੇ ਹਾਂ ਤੁਹਾਡੀ ਇੰਟਰਵਿਊ ਜੋ ਹੈ ਉਹ ਕਿੰਨਾ ਹੀ ਕਿ ਤੁਸੀਂ ਪਰਪਰ ਹੋ ਅਸੀਂ ਆਪਣੇ ਸਟੂਡੈਂਟਸ ਨੂੰ ਜਿਸ ਦਿਨ ਇਨਰੋਲ ਕਰਦੇ ਹਾਂ ਬੱਚਾ ਸਾਡੇ ਕੋਲ ਆ ਜਾਂਦਾ ਇਨਰੋਲਮੈਂਟ ਹੋ ਜਾਂਦੀ ਹੈ ਤਾਂ ਅਸੀਂ ਬੱਚੇ ਨੂੰ ਸਿੰਪਲ ਕਹਿੰਦੇ ਆ ਕਿ ਅੱਜ ਤੋਂ ਹੀ ਸਪੀਕਿੰਗ ਇੰਗਲਿਸ਼ ਦੀਆਂ ਕਲਾਸਿਸ ਲਗਾ ਲੈ ਹੂੰ ਜੁਆਇਨ ਹੋ ਜਾ ਜਿੱਥੇ ਮਰਜੀ ਸਾਡੇ ਕੋਲ ਹੋ ਜਾ ਕਿਤੇ ਹੋਰ ਹੋ ਜਾ ਜਿੱਥੇ ਤੂੰ ਰਹਿਣਾ ਤੂੰ ਉੱਥੇ ਹੋ ਜਾ 20 ਦਿਨ ਮਹੀਨਾ ਸਪੀਕਿੰਗ ਕਰ ਜਿੰਨੇ ਤੱਕ ਅਸੀਂ ਤੇਰੀ ਫਾਈਲ ਤੇ ਉਸ ਤੋਂ ਬਾਅਦ 15 ਦਿਨ ਦਾ ਟਾਈਮ ਹੁੰਦਾ ਅਸੀਂ ਬੱਚੇ ਨੂੰ ਟੈਲੀਫੋਨਿਕ ਵੀਡੀਓ ਕਾਲ ਦੇ ਥਰੂ ਚੰਗੀ ਤਰ੍ਹਾਂ ਘੋਟ-ਘੋਟ ਕੇ ਇੰਟਰਵਿਊ ਦੀ ਪ੍ਰੈਪਰੇਸ਼ਨ ਕਰਾਉਂਦੇ ਆ ਉਹਦੇ ਵਿੱਚ ਅਸੀਂ ਬੱਚੇ ਨੂੰ ਇੰਨਾ ਕੁ ਪ੍ਰੇਪੇਅਰ ਕਰ ਦਿੰਨੇ ਆ ਕਿ ਵੀਜ਼ਾ ਆਫੀਸਰ ਜਿੰਨੀ ਦੇਰ ਤੱਕ ਕਹਿੰਦਾ ਓਕੇ ਸਟਾਪ ਨੈਕਸਟ ਕੁਐਸਚਨ ਪੁੱਛਦਾ ਉਹਨੀ ਦੇਰ ਤੱਕ ਬੱਚਾ ਬੋਲਣਾ ਬੰਦ ਨਹੀਂ ਕਰਦਾ ਯਾਨੀ ਕਿ ਤੁਸੀਂ ਇੰਟਰਵਿਊ ਲਈ ਪੱਕਾ ਕਰ ਦਿੰਦੇ ਹੋ ਪੱਕਾ ਕਰ ਦਿੰਦੇ ਸਾਡੀ ਸਾਡੀ ਇੰਟਰਵਿਊ ਪ੍ਰੈਪਰੇਸ਼ਨ ਟੀਮ ਹੈ ਨਾ ਜਿਹੜੀ ਉਹ ਪੂਰੀ ਤਰ੍ਹਾਂ ਸક્ષਮ ਹੈ ਕਿ ਬੱਚਾ ਇੰਟਰਵਿਊ ਕਲੀਅਰ ਕਰ ਚੇ ਇਹ ਤਾਂ ਉਹ ਗੱਲਾਂ ਨੇ ਜੋ ਤੁਸੀਂ ਕਰਦੇ ਹੋ ਪਰ ਇਹਦੇ ਵਿੱਚ ਓਲੇ ਵੀ ਬਹੁਤ ਨੇ ਉਹ ਤੋਂ बचना ਬਹੁਤ ਜ਼ਰੂਰੀ ਹੈ ਜੇਕਰ ਅੱਜ ਅਸੀਂ ਆਵਦਾ ਫਿਊਚਰ ਬਣਾਉਣਾ ਹੈ ਤਾਂ ਸਾਨੂੰ ਉਹ ਠੱਗੀ ਠੋਰੀਆਂ ਤੋਂ ਉਹਨਾਂ ਓਲਿਆਂ ਤੋਂ ਸੁਚੇਤ ਸਾਵਧਾਨ ਰਹਿਣਾ ਪਊਗਾ ਉਹ ਓਲੇ ਕੀ ਨੇ ਤੁਸੀਂ ਤਾਂ ਸਦਾ ਸਦਾ ਕਹਿੰਦਾ ਵੀ ਇੱਥੇ ਬੱਚਾ ਜਾ ਕੇ ਉੱਥੇ ਜਾ ਕੇ ਫੀਸ ਪੇ ਕਰ ਸਕਦਾ ਐ ਸਦੀ ਈਮੇਲ ਜਾਂ ਬੱਚੇ ਤੱਕ ਕੰਟੈਕਟ ਸਿੱਧਾ ਬੱਚੇ ਤੱਕ ਹੋ ਰਿਹਾ ਯੂਨੀਵਰਸਿਟੀ ਦਾ ਇਹ ਬੜੀ ਪਾਰਦਰਸ਼ਤਾ ਆ ਪਰ ਇਹਦੇ ਵਿੱਚ ਜਿਹੜੇ ਓਲੇ ਨੇ ਉਹ ਓਲੇ ਕੀ ਨੇ ਉਹ ਬੱਚਾ ਕਿਵੇਂ ਜਾਵੇ ਫਿਰ ਉਤੋਂ ਇਹਦੇ ਵਿੱਚ ਨਾ ਸਭ ਤੋਂ ਵੱਡਾ ਓਲਾ ਯੂਐਸਏ ਦੇ ਵਿੱਚ ਜੋ ਏਜੰਟਸ ਰੱਖ ਲੈਂਦੇ ਆ ਜੋ ਫੰਡਸ ਹੂੰ ਉਹ ਫੰਡਸ ਕਹਿੰਦੇ ਆ ਵੀ ਸਾਨੂੰ ਉਹ ਫਾਈਲ ਲੌਗ ਇਨ ਕਰ ਲਈ ਲੱਖ ਰੁਪਏ ਦੇ ਦੋ 1.5 ਲੱਖ ਦੇ ਦੋ 2 ਲੱਖ ਦੇ ਦੋ ਅਸੀਂ ਤੁਹਾਡੇ ਫੰਡਸ ਕਰਵਾਉਂਦੇ ਆ ਬੇਸਿਕਲੀ ਉਹ ਕੀ ਕਰਦੇ ਆ ਫੰਡ ਜਮਾ ਕਰਵਾਉਂਦੇ ਆ ਉਹਦੇ ਕਾਊਂਟ ਤੋਂ ਨੈਕਸਟ ਡੇ ਜਾਂ ਦੋ ਚਾਰ ਦਿਨ ਬਾਅਦ ਕਢਾ ਲੈਂਦੇ ਆ ਠੀਕ ਹੈ ਫੇਰ ਜਦੋਂ ਉਹਦੇ ਇੰਟਰਵਿਊ ਦੇਣ ਜਾਣਾ ਠੀਕ ਹੈ ਉਦੋਂ ਫੰਡਸ ਫੇਰ ਪਾ ਦਿਆ ਇਹਦੇ ਵਿੱਚ ਇੱਥੇ ਦਗਾ ਖਾ ਜਾਂਦਾ ਏਜੰਟ ਵੀ ਔਰ ਬੱਚਾ ਵੀ ਫੰਡਸ ਜਦੋਂ ਮਿਸਮੈਚ ਹੋ ਜਾਂਦੇ ਆ I20 ਵਾਲੇ X ਹੈ ਔਰ ਇੰਟਰਵਿਊ ਵਾਲੇ Y ਹੈ Y ਹੈ ਉਹ ਉਹਨਾਂ ਦੀ ਨਿਗਾ ਚ ਆ ਗਿਆ ਤਾਂ ਬੱਚਾ ਅੰਬੈਸੀ ਤੋਂ ਘਰ ਨਹੀਂ ਆਉਂਦਾ ਤਿਹਾਰ ਜੇਲ ਜਾਊਗਾ ਓਕੇ ਫਰਾਡ ਫਰਾਡ ਸਿੱਧਾ ਸਿੱਧਾ ਤਿਹਾਰ ਜੇਲ ਜਾਊਗਾ ਇਹ ਬੜਾ ਧਿਆਨ ਦੇਣ ਵਾਲੀ ਚੀਜ਼ ਹੈ ਇਹ ਬਹੁਤ ਵੱਡਾ ਉਲ ਹੈ ਬੱਚੇ ਕੋਲੇ ਈਮੇਲ ਆਈਡੀ ਮੋਬਾਈਲ ਨੰਬਰ ਯੂਨੀਵਰਸਿਟੀ ਨਾਲ ਦਾ ਟੱਚ ਹੋ ਗਿਆ ਉਹ ਅੰਬੈਸੀ ਨਾਲ ਕਿਦਾਂ ਹੋਊਗਾ ਉਹਨੂੰ ਕਹੋ ਮੇਰੇ ਫੰਡਸ ਦਿਖਾ ਮੈਨੂੰ ਜੋ ਫੰਡਸ ਤੂੰ ਮੇਰੇ ਕਰੇ ਆ ਮੇਰੇ ਅਕਾਊਂਟ ਚ ਬਿਲਕੁਲ ਠੀਕ ਹੈ ਦਿਖਾ ਠੀਕ ਹੈ ਫਾਈਨੈਂਸਰ ਕੀ ਕਰਦੇ ਆ ਜੋ ਫੰਡਿੰਗ ਵਗੈਰਾ ਦਿਖਾਉਂਦੇ ਆ ਉਹ ਮੋਬਾਈਲ ਨੰਬਰ ਬੱਚੇ ਦਾ ਨਹੀਂ ਪਾਉਂਦੇ ਆ ਆਪ ਦਾ ਪਾਉਂਦੇ ਆ ਵੀ ਮੇਰਾ ਪੈਸਾ ਕਢਾ ਕੇ ਨਾ ਲੈ ਜੀ ਬਟ ਉਹ ਸਟੇਟਮੈਂਟ ਤਾਂ ਦੇਖ ਸਕਦਾ ਬੱਚੇ ਦੇ ਕੋਲ اکاؤنٹ ਨੰਬਰ ਤਾਂ ਜਾ ਸਕਦਾ ਹੈ ਬੱਚਾ ਆਪਣੇ ਲੈਵਲ ਤੇ ਵੈਰੀਫਿਕੇਸ਼ਨ ਤਾਂ ਕਰੇ ਨਾ ਜੀ ਵੀ ਮੇਰੇ ਫੰਡਸ ਹੈ ਕਿ ਨਹੀਂ ਹੈ ਫੰਡਸ ਕਢਾਤਾ ਨਹੀਂ ਲੈ ਠੀਕ ਹੈ ਜੋ ਖਰਚਾ ਹੈਗਾ ਫਾਈਨੈਂਸਰ ਨੂੰ ਦੋ ਤੁਸੀਂ ਬਟ ਉਹ ਫਿਰ ਵੀ ਉਹਦੇ باوجود ਪੈਸੇ ਪਏ ਹੋਣੇ ਚਾਹੀਦੇ ਆ ਆਫ ਰੋਡ ਨਾ ਹੋਵੇ ਬੱਚੇ ਹੋਰ ਇਸ ਤਲਾਬ 메જર ਹੀ ਹੈ ਇਸ ਤਲਾਬ ਔਰ ਕੋਈ ਨਹੀਂ ਹੈ ਇੰਟਰਵਿਊ ਦੇ ਤਿਆਰੀ ਬੱਚੇ ਨੇ ਖੁਦ ਕਰਨੀਆਂ ਕਰਵਾਉਣੀਆਂ ਸੀ ਜਾਂ ਏਜੰਟ ਨਹੀਂ ਕਰਵਾਉਣੀਆਂ ਹੈ ਨਾ ਕੋਈ ਵੀ ਏ ਬੀ ਸੀ ਡੀ ਅਗਰ ਕਿਤੇ ਹੋਰ ਵੀ ਬੱਚਾ ਫਾਇਲ ਬਿਲਕੁਲ ਬਿਲਕੁਲ ਤੇ ਬਾਕੀ ਤਾਂ ਸਿਰਫ ਇੰਟਰਵਿਊ ਹੈ ਔਰ ਫੰਡਸ ਨੇ ਇਹ ਦੋ ਚੀਜ਼ਾਂ ਤੇ ਧਿਆਨ ਰੱਖ ਲੈ ਬੱਚਾ ਬੱਚਾ ਡਗਾ ਨਹੀਂ ਖਾਂਦਾ ਵੀਜ਼ਾ ਮਿਲੇਗਾ ਤਿਆਰੀ ਆਪਦੀ ਕਰ ਲੈ ਤੇ ਫੰਡਸ ਜਿਹੜਾ ਕਿ ਮੇਨ ਫਰਾਡ ਹੈ ਉਹ ਤੋਂ ਬਿਨਾ ਕੁਛ ਹੋ ਰਹਿ ਨਹੀਂਗਾ ਦੇਖੋ ਜਿਨ੍ਹਾਂ ਦੇ 6 6.5 ਬੈਂਡ ਨੇ ਉਹ ਬੱਚੇ ਫਾਈਲ ਲਾ ਲੈਣਗੇ ਇੰਟਰਵਿਊ ਦੀ ਤਿਆਰੀ ਹਫਤੇ 10 ਇੰਚ ਕਰ ਲੈਣਗੇ ਜਿਹੜੇ ਬੱਚਿਆਂ ਦਾ ਗੈਪ ਹੈ ਇੰਗਲਿਸ਼ ਬੋਲਣ ਚ ਉਹਨਾਂ ਨੂੰ ਹੈਜੀਟੇਸ਼ਨ ਹੈ ਉਹਨਾਂ ਨੂੰ ਤਾਂ ਥੋੜਾ ਇਸ ਚੀਜ਼ ਤੇ ਮਿਹਨਤ ਕਰਨੀ ਪੈਣੀ ਹੈ ਓਕੇ ਮਿਹਨਤ ਦੀ ਜੋ ਲੋੜ ਤਾਂ ਬਿਲਕੁਲ ਹੁੰਦੀ ਹੈ ਮਨਦੀਪ ਜੀ ਪਰ ਹੁਣ ਤੁਹਾਡਾ ਸਕਸੈਸ ਰੇਟ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਕਸੈਸ ਰੇਟ ਆ ਕਦੋਂ ਤੋਂ ਕੰਮ ਕਰ ਰਹੇ ਹੋ ਇਸ ਯੂਐਸਏ ਦੇ ਫੀਲਡ ਸਰ ਯੂਐਸਏ ਦੀ ਫੀਲਡ ਦੇ ਵਿੱਚ ਦੇਖੋ ਸਾਡੀ ਕੰਪਨੀ 2006 ਦੀ ਰਿਸਟਰਡ ਹੈ ਹਮ ਪੰਜਾਬ ਗਵਰਨਮੈਂਟ ਤੋਂ ਸਰਟੀਫਾਈਡ ਹੈ ਲਾਇਸੈਂਸ ਸਾਡੇ ਕੋਲ ਹੈਗੇ ਨੇ ਸਾਡੇ ਕੋਟਪੂਰਾ ਮੁੱਖ ਸ਼੍ਰੀ ਮੁਖਸਰ ਸਾਹਿਬ ਤੇ ਬਰਨਾਲਾ ਇਹ ਬ੍ਰਾਂਚੇਸ ਨੇ ਸਾਡੀਆਂ ਜੀ ਔਰ ਹੈੱਡ ਆਫਿਸ ਸਾਡਾ ਮੋਹਾਲੀ ਹੈ ਔਰ ਇਸ ਦੇ ਵਿੱਚ ਤੁਸੀਂ ਲਗਾਓ ਕਿ ਮੈਨੂੰ ਖੁਦ ਯਾਦ ਨਹੀਂ ਮੈਂ ਕਿੰਨੇ ਬੱਚੇ ਭੇਜ ਚੁੱਕਾ ਕਿਉਂਕਿ ਪਹਿਲਾਂ ਇਹ ਹੁੰਦਾ ਸੀ ਨਾ 100 ਚੋਂ 10 ਜਾਂ 15 ਹੁੰਦੇ ਸੀਗੇ ਜਾਂ ਮੈਂ ਵੱਧ ਤੋਂ ਵੱਧ ਕਹਿਣਾ 25 ਹੁੰਦਾ ਸੀ ਥੋੜਾ ਜਿਹਾ ਅੱਜ ਤੁਸੀਂ ਜਿਵੇਂ ਦੱਸ ਰਹੇ ਹੋ 55000 ਬੱਚਾ ਤੁਸੀਂ ਦੱਸਿਆ ਮੈਨੂੰ ਉਸ ਹਫ਼ਤੇ ਸਕਸੈਸ ਰੇਟ ਜਿਆਦਾ ਆਇਆ 60 ਤੋਂ 70% ਸਕਸੈਸ ਰੇਟ ਔਨ ਐਵਰੇਜ ਮਾਰਕੀਟ ਵੀ ਅਸ ਕਰ ਲਈ ਹੈ ਹਮ ਯੂ ਐਸ ਐਂ ਔਰ ਇਹ ਬਹੁਤ ਸੋਹਣੀ ਐਵਰੇਜ ਹੈ ਜੋ ਕਿ ਕੈਨੇਡਾ ਦੀ ਵੀ ਨਹੀਂ ਹੈ ਅੱਜ ਦੇ ਟਾਈਮ 'ਚ ਬਿਲਕੁਲ ਬਿਲਕੁਲ ਇਹ ਬਹੁਤ ਵੱਡੀ ਗੱਲ ਸੋ ਵੱਡੀ ਗੱਲ ਹੈ ਤੇ ਇੱਕ ਸਿੱਧਾ ਰਾਹ ਵੀ ਜਿਹੜਾ ਕਿ ਵਿਦਿਆਰਥੀ ਲਈ ਬਣਦਾ ਆ ਸਰ ਅਮਰੀਕਾ ਦੇ ਵਿੱਚ ਜਾ ਕੇ ਬੱਚੇ ਕੋਲ ਸਕੋਪ ਬਹੁਤ ਹੈ ਹਮ ਕੈਨੇਡਾ ਵਿੱਚ ਵੀ ਬਹੁਤ ਹੈ ਮੈਂ ਇਹ ਨਹੀਂ ਕਹਿੰਦਾ ਬਟ ਯੂਐਸਏ ਦੇ ਵਿੱਚ ਕੀ ਹੈ ਕਿ ਬੱਚੇ ਨੇ ਆਪਣੀ ਸਟੱਡੀ ਕਰਨੀ ਹੈ ਜੌਬ ਕਰਨੀ ਹੈ ਨਾਲ ਫਿਰ ਉਸ ਤੋਂ ਬਾਅਦ ਵਰਕ ਪਰਮਿਟ ਵੀ ਹੈ ਆਪਣੀ ਫੀਲਡ ਦੇ ਵਿੱਚ ਰਹਿ ਕੇ ਠੀਕ ਹੈ ਯੂਐਸ ਜੋ ਹੈ ਮਤਲਬ ਸਟ੍ਰਿਕਟ ਹੈ ਹਰ ਇੱਕ ਰੂਲ ਨੂੰ ਲੈ ਕੇ ਬਟ ਫਿਰ ਵੀ ਬੱਚੇ ਲਈ ਇੱਕ ਅੱਛਾ ਫਿਊਚਰ ਹੈ ਅੱਛਾ ਇੱਕ ਭਵਿੱਖ ਬਣਾ ਸਕਦਾ ਬੱਚਾ ਉੱਥੇ ਬਹੁਤ ਅੱਛੀਆਂ ਅੱਛੀਆਂ ਕੰਪਨੀਆਂਜ਼ ਨੇ ਜੀ ਵੀਜ਼ਾ ਕੈਟਾਗਰੀ ਜਦੋਂ ਬੱਚੇ ਨੇ ਜਾਣਾ ਐਫ 1 ਐਫ 2 ਚ ਜਾਣਾ ਤਾਂ ਉਸ ਤੋਂ ਬਾਅਦ ਉਹ ਚੇਂਜ ਕਰਵਾ ਸਕਦਾ ਜਦੋਂ ਉਹਨੇ ਸਟੱਡੀ ਕੰਪਲੀਟ ਕਰ ਲਈ ਸੋ ਲੋੜ ਇੱਥੇ ਭਵਿੱਖ ਬਣਾਉਣ ਦੀ ਹੈ ਭਵਿੱਖ ਨੂੰ ਦਾਤੇ ਲਾ ਕੇ ਮੂਰੇ ਲਾ ਕੇ ਰੱਖਣ ਦੀ ਹੈ ਬਿਹਤਰ ਬਣਾਉਂਦੀ ਹੈ ਅਪੀਲ ਸਾਡੀ ਇਹੀ ਹੈ ਕਿ ਫੈਸਲਾ ਤੁਹਾਡਾ ਆ ਫੈਸਲਾ ਸਹੀ ਹੋਣਾ ਚਾਹੀਦਾ ਆ ਅਜਿਹਿਆਂ ਇੰਟਰਵਿਊਜ਼ ਜਿਹੇ ਤੌਰ ਤੇ ਅਜਿਹੇ ਮਾਹਿਰਾਂ ਦੇ ਨਜ਼ਰੀਏ ਤੋੜ ਤੱਕ ਲੈ ਕੇ ਆਉਂਦੇ ਰਵਾਂਗੇ ਜੁੜੇ ਰਹੋ ਸਪੋਕਸਮੈਨ ਟੀਵੀ ਨਾਲ